88 ਸੀਟਾਂ ਵਾਸਤੇ ਅੱਜ ਲੋਕ ਸਭਾ ਦੇ ਇਲੈਕਸ਼ਨ ਹੋਏ ਹਨ, ਜਿਹਦੇ 'ਚ ਸਾਡੇ ਜੰਮੂ ਕਸ਼ਮੀਰ ਵੀ ਸ਼ਾਮਿਲ ਹੈ। ਜੰਮੂ ਰਿਆਸੀ ਤੋਂ ਇਲੈਕਸ਼ਨ ਹੋਏ ਹਨ। ਅੱਜ ਬੜਾ ਉਤਸ਼ਾਹ ਲੋਕਾਂ 'ਚ, ਸਵੇਰੇ 7 ਵਜੇ ਦੇ ਲੋਕ ਸ਼ੁਰੂ ਹੋਏ ਹਨ ਅਤੇ ਤੁਸੀਂ ਦੇਖਿਆ ਕਿ ਕਾਫੀ ਉਤਸ਼ਾਹ ਦਿਖਾ ਗਿਆ ਲੋਕਾਂ 'ਚ। ਲੋਕੀ ਆਖਿਆ ਕਿ ਦੇਸ਼ ਹਿੱਤ ਵਾਸਤੇ ਅਸੀਂ ਵੋਟ ਪਾਉਣ ਵਾਸਤੇ ਆਏ ਹਾਂ, ਔਰ ਕਾਫੀ ਉਤਸ਼ਾਹ ਦਿਖਾ ਗਿਆ ਔਰ ਡਿਵੈਲਪਮੈਂਟ ਚਾਹੁੰਦੇ ਹਨ ਲੋਕ, ਔਰ ਜਿਹੜਾ ਵੀ ਨੁਮਾਇੰਦਾ ਚੁਣੀ ਆਏ ਸਾਡੇ ਦੇਸ਼ ਵਾਸਤੇ ਕੰਮ ਕਰੇ ਔਰ ਡਿਵੈਲਪਮੈਂਟ ਲਿਆਏ। ਜਿਵੇਂ ਤੁਸੀਂ ਜਾਣਦੇ ਹੋ ਕਿ 12 ਰਾਜਾਂ ਦੇ ਇਲੈਕਸ਼ਨ ਹੋਏ ਹਨ ਅੱਜ, 88 ਸੀਟਾਂ ਵਾਸਤੇ, ਜਿਹਦੇ 'ਚ ਜੰਮੂ ਕਸ਼ਮੀਰ ਵੀ ਸ਼ਾਮਿਲ ਹੈ। ਇਹਦੇ 'ਚ ਸਾਡੇ ਜੰਮੂ ਦੇ ਜਿਹੜੇ ਲੋਕ ਨੇ 22 ਨੁਮਾਇੰਦੇ ਨੇ, ਇੰਡੀਪੈਂਡੈਂਟ ਔਰ ਪਾਰਟੀ ਦੇ ਲੋਕ ਜਿਹੜੇ ਸ਼ਾਮਿਲ ਨੇ, ਜਿਹਦੇ 'ਚ ਰਮਨ ਭੱਲਾ ਹੋਰ ਨੇ ਜੁਗਲ ਕਿਸ਼ੋਰ ਸ਼ਰਮਾ ਬੀਜੇਪੀ ਦੇ, ਰਮਨ ਭੱਲਾ ਜੀ ਕਾਂਗਰਸ ਦੇ, ਏਕਮ ਸਨਾਤਨ ਭਾਰਤ ਦੇ, ਅੰਕੁਰ ਸ਼ਰਮਾ ਜੀ ਅੱਜ ਉਹਦਾ ਬਾਗੇ ਦਾ ਫੈਸਲਾ ਲਾਇਆ ਦੇਣ ਲੋਕ ਕਿ ਕਿਹੜਾ ਨੁਮਾਇੰਦਾ ਚੁਣੀਏ ਸਾਡਾ ਪਾਰਲੀਮੈਂਟ ਜਾਂਦਾ। ਇਹ ਤਾਂ ਹੁਣ ਆਉਣ ਵਾਲਾ ਦਿਨ ਹੀ ਦੱਸੋ, 4 ਜੂਨ ਕੀ ਪਤਾ ਲੱਗੇ ਕਿ ਕਿਹੜਾ ਨੁਮਾਇੰਦਾ ਜਾਂਦਾ ਸਾਡੇ ਜੰਮੂ ਤੋਂ। ਔਰ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਅਪਡੇਟ ਆ ਤੁਸੀਂ ਚੰਗੀ ਲੱਗੀ ਹੋਣੀ ਹੋ। ਦੇਖਦੇ ਰਹੋ ਜੱਗ ਜੰਮੂ ਨਿਊਜ਼ ਚੈਨਲ। ਹਮੇਂ ਬਹੁਤ ਖੁਸ਼ੀ ਹੈ। ਕਿਆ ਸੋਚ ਕੇ ਵੋਟ ਡਾਲਾ? ਪਹਿਲੀ ਵਾਰ ਡਾਲਾ? ਹਾਂਜੀ, ਹਮੇਂ ਪਹਿਲੀ ਵਾਰ ਡਾਲਾ। ਕਿਆ ਸੋਚ ਰਹੇ? ਸੋ ਸੋਚਾ ਕੁਛ ਨਹੀਂ, ਬਸ ਮੰਮਾ ਨੂੰ ਨੇ ਸੁਬਾਹ ਠਾਇ ਕੇ ਵੋਟ ਡਾਲਨੇ ਜਾਣਾ। ਐਕਸਾਈਟਮੈਂਟ ਥੀ ਕਲ ਕੀ ਐਕਸਾਈਟਮੈਂਟ ਥੀ ਕਿ ਵੋਟ ਡਾਲਨਾ, ਤੋ ਆ ਡਾਲ ਕੇ ਅੱਗੇ। ਪਹਿਲੀ ਵਾਰ ਵੋਟ ਡਾਲਾ ਤੋ ਕੈਸਾ ਲਗਾ? ਹਮੇਂ ਅੱਛਾ ਲਗਾ। ਕਿਆ ਸੋਚ ਕੇ ਵੋਟ ਡਾਲਾ? ਕਿਆ ਕੌਨ ਸਾ ਪ੍ਰਧਾਨ ਮੰਤਰੀ ਚਾਹੀਏ, ਕੈਸੀ ਸਰਕਾਰ ਹੋਣੀ ਚਾਹੀਏ? ਸਰਕਾਰ ਅਬ ਦੇਖੋ ਕੈਸੀ ਹੋਗੀ, ਅੱਗੇ ਅੱਗੇ ਲੋਕੋ ਪੇ ਡਿਪੈਂਡ ਕਰਤਾ ਹੈ ਨਾ। ਆਪ ਬਤਾਏ ਜੀ, ਹਮਾਰੀ ਆਨੇ ਵਾਲੀ ਜਨਰੇਸ਼ਨ ਕੇ ਲਿਏ ਅੱਛੀ ਸਰਕਾਰ ਬਣਨੀ ਚਾਹੀਏ, ਜੋ ਤਾਂ ਕਿ ਹਮਾਰੀ ਐਜੂਕੇਸ਼ਨ ਕੇ ਬਾਰੇ ਮੇਂ ਵੋ ਅੱਛਾ ਸੋਚੇ, ਹਮਾਰੀ ਆਨੇ ਵਾਲੀ ਪੀੜ੍ਹੀ ਕੇ ਬਾਰੇ ਮੇਂ ਅੱਛਾ ਸੋਚੇ, ਅੱਗੇ ਜੋ ਬੁਢਾਪੇ ਵਾਲੀ ਪੀੜ੍ਹੀ ਹੈ ਉਨਕੀ ਪੈਨਸ਼ਨ ਕੇ ਲਿਏ ਸੋਚੇ। ਹਰ ਇੱਕ ਜਨਰੇਸ਼ਨ ਕੇ ਲਿਏ ਅੱਛੀ ਸਰਕਾਰ ਹੋਣੀ ਚਾਹੀਏ, ਚਾਹੇ ਵੋ ਬੁਢਾਪੇ ਮੇਂ ਹੋ, ਚਾਹੇ ਵੋ ਏਜਡ ਹੋ, ਹਰ ਇੱਕ ਟਾਈਪ ਕੇ ਲਿਏ ਅੱਛੀ ਸਰਕਾਰ ਹੋਣੀ ਚਾਹੀਏ, ਤਾਂ ਕਿ ਹਮਾਰਾ ਅੱਛਾ ਸਿਸਟਮ ਬਣੇ। ਬਸ ਵੋਟ ਪਾਈਏ, ਠੀਕ ਹੈ ਸਾਡੀ, ਮਤਲਬ ਕਿ ਜਿਹੜੇ ਆਉਣ ਵਾਲੇ ਅੱਗੇ ਬੱਚੇ ਨਾ, ਉਹਦੇ ਵਾਸਤੇ ਠੀਕ ਹੈ। ਸੋਚਿਆ ਦੇ ਠੀਕ ਆ, ਸੋਚਿਆ ਜਿਹੜਾ ਸੋਚਿਆ ਆ। ਨਹੀਂ ਕੀ ਉਮੀਦਾਂ ਤੁਹਾਨੂੰ? ਉਮੀਦਾਂ ਆਪ ਸੁਣਾਉਂਦੇ ਆ, ਠੀਕ ਨੇ। ਕੀ ਹੋਣਾ ਚਾਹੀਦਾ ਉਮੀਦਾਂ? ਤੁਸੀਂ ਦੱਸਣਾ ਕੈਸਾ ਪ੍ਰਧਾਨ ਮੰਤਰੀ ਚਾਹੀਦਾ? ਪ੍ਰਧਾਨ ਮੰਤਰੀ ਉਹ ਚਾਹੀਦਾ ਜਿਹੜਾ ਸਾਨੂੰ ਸਾਡਾ ਸੋਚੋ ਕਰਕੇ ਹੈ ਨੀ। ਕਿਤਨੀ ਖੁਸ਼ੀ ਆ ਜਾਵੇ, ਬਹੁਤ ਹੀ ਜ਼ਿਆਦਾ। ਕਿਆ ਸੋਚ ਕੇ ਵੋਟ ਡਾਲਾ? ਤਰਕੀ ਦੇਸ਼ ਕੀ ਔਰ ਕਿਆ ਸੋਚ ਕੇ ਵੋਟ ਡਾਲਣਾ? ਕਿਤਨਾ ਜ਼ਰੂਰੀ ਹੈ? ਬਹੁਤ ਹੀ ਜ਼ਰੂਰੀ ਹੈ, ਜਿੱਦਾਂ ਖਾਣਾ ਪੀਣਾ ਜ਼ਰੂਰੀ, ਤਾਂ ਵੋਟ ਵੀ ਜ਼ਰੂਰੀ ਹੈ। ਦੇਸ਼ ਕੀ ਤਰੱਕੀ ਹੋ ਰਹੀ ਹੈ ਤਾਂ ਅੱਛੀ ਬਾਤ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਇਲੈਕਸ਼ਨ ਹੋਏ ਨੇ ਸਾਡੇ ਜੰਮੂ 'ਚ ਵੀ, 88 ਸੀਟਾਂ ਵਾਸਤੇ ਇਲੈਕਸ਼ਨ ਨੇ ਔਰ 12 ਰਾਜਾਂ ਦੇ ਇਲੈਕਸ਼ਨ ਹੋਏ ਨੇ ਅਤੇ ਸਾਡੇ ਜੰਮੂ ਕਸ਼ਮੀਰ 'ਚ ਵੀ ਹਨ, ਅਤੇ JKPCC ਦੇ ਨੁਮਾਇੰਦੇ ਨੇ ਮੇਰੇ ਕੰਨੇ ਇਸ ਵੇਲੇ, ਉਹ ਵੀ ਖੜੋਤੇ ਨੇ ਲੋਕ ਸਭਾ ਇਲੈਕਸ਼ਨ 'ਚ। ਕੀ ਉਮੀਦਾਂ ਔਰ ਕੀ ਸੋਚੀ ਤੁਸੀਂ ਇਲੈਕਸ਼ਨ 'ਚ ਖੜੇ ਹੋਏ ਦੇ ਜੀ? ਸਰ, ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਜਨਾਬ ਦਾ, ਜੋ ਨੇ ਇੰਨਾ ਕੀਮਤੀ ਟਾਈਮ ਕੱਢੀ ਹੈ ਮੇਰੇ ਕੋਲ ਆਏ ਨਾ। ਮੈਂ ਜ਼ਿਆਦਾ ਨਹੀਂ ਇਸ ਲਗਾ ਆਖਣ, ਪਹਿਲਾਂ ਕੰਮ ਕਰ ਲੈ 'ਚ ਤਾਂ ਫਿਰ ਬਿਆਨ ਦੇ ਲੈ 'ਚ, ਠੀਕ ਹੈ ਨਾ। ਮੈਂ ਤਾਂ ਚਾਹੁੰਦਾ ਸਾਡੀ ਪਾਰਟੀ ਸਕਸੈਸਫੁੱਲ ਰਹੂ ਔਰ ਗਰੀਬੀ ਮਦਦ ਕਰਕੇ, ਇਹਦੇ ਕੋਲੋਂ ਜ਼ਿਆਦਾ ਮੈਂ ਫਿਲਹਾਲ ਕੁਛ ਨਹੀਂ ਆਖਣਾ ਚਾਹੁੰਦਾ, ਪਹਿਲਾਂ ਕੰਮ। ਥੈਂਕ ਯੂ ਸਰ। ਤੁਸੀਂ ਕਿੰਨੀ ਲਾਈਨਾਂ ਲੱਗੀ ਦੀਆਂ? ਲੋਕ ਕਈ ਸਵੇਰੇ 7 ਵਜੇ ਤੋਂ ਆਏ ਦਿਨ ਇੱਥੇ ਔਰ ਆਪਣਾ ਵੋਟ ਦੇਣ ਵਾਸਤੇ ਆਏ ਦਿਨ, ਔਰ ਇਸ ਵੋਟ ਕੰਨੇ ਸਰਕਾਰ ਬਣਦੀ ਹੈ, ਪੂਰੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬਣਦਾ, ਅਤੇ ਅੱਜ ਪੂਰੇ ਦੇਸ਼ 'ਚ ਦੂਆ ਚਰਨ ਸ਼ੁਰੂ ਹੈ ਔਰ 88 ਸੀਟਾਂ ਵਾਸਤੇ ਇਲੈਕਸ਼ਨ ਨੇ ਔਰ ਟੋਟਲ 1206 ਪ੍ਰਤਿਆਸ਼ੀ ਨੇ ਸਾਡੇ ਪੂਰੇ ਹਿੰਦੁਸਤਾਨ 'ਚ ਅੱਜ ਦੇ ਜਿਹੜਾ ਦੂਆ ਚਰਨ 'ਚ, ਔਰ ਕਾਫੀ ਉਤਸ਼ਾਹ ਹੈ ਲੋਕਾਂ 'ਚ ਵੋਟ ਪਾਉਣ ਵਾਸਤੇ ਆਏ ਦੇ ਲੋਕ ਸਾਡੇ ਜੰਮੂ 'ਚ ਵੀ। ਔਰ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਅਪਡੇਟ ਆ ਤੁਸੀਂ ਚੰਗੀ ਲੱਗੀ ਹੋਣੀ ਹੋ। ਦੇਖਦੇ ਰਹੋ ਜੱਗ ਜੰਮੂ ਨਿਊਜ਼ ਚੈਨਲ। ਨੈਕਸਟ ਅਪਡੇਟ 'ਚ ਤੁਸੀਂ ਫਿਰ ਮਿਲਣੇ ਆ। ਨਮਸਕਾਰ। ਜੈ ਡੁੱਗਰ, ਜੈ ਡੋਗਰਾ।